ਦੇਸ਼ਦਾਨੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਪੋਲਿਟੀਕਲ ਲੋਕਾਂ ਦੇ ਕਹਿਣ ਦੇ ਮੁਤਾਬਕ ਹੀ ਕੰਮਕਾਜ ਕਰਦਾ ਹੈ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਪੋਲਿਟੀਕਲ ਲੋਕਾਂ ਦੇ ਦਬਾਅ ਹਟਾ ਕੇ ਪੀਸੇ ਜਾਂਦੇ ਨੇ ਪੀੜਿਤ ਬਣ ਜਾਂਦੇ ਨੇ ਝੂਠੇ ਮੁਕੱਦਮੇ ਜਿਹੜੇ ਨੇ ਦਾਇਰ ਹੋ ਜਾਂਦੇ ਨੇ ਫਿਰ ਉਹ ਰੰਜਿਸ਼ ਜਿਹੜੀ ਹੈ ਚੱਲਦੀ ਰਹਿੰਦੀ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਅੱਜ ਸੰਦੀਪ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਹਲਕੇ ਦੇ ਆ ਜਿਹੜੇ ਵਿਧਾਇਕ ਨਿਰਜਿੰਦਰ 베ਰੀ ਜੀ ਉਹਨਾਂ ਤੇ ਵੱਡੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਸਰ ਇਲਜ਼ਾਮ ਜਾਨਣਾ ਚਾਹਾਂਗਾ ਸਭ ਤੋਂ ਪਹਿਲਾਂ ਸਰ ਇਲਜ਼ਾਮ ਇਹ ਵੈ ਕਿ ਮੇਰਾ ਇੱਕ ਪਰਿਵਾਰਿਕ ਮਸਲਾ ਸੀ ਜਿਹਨੂੰ ਇੱਕ ਪੋਲੀਟੀਕਲ ਰੰਗ ਦੇ ਕੇ ਮੇਰੇ ਉੱਪਰ ਹੀ ਨਿਰਬੇ ਕਾਂਟ ਵਾਲੀ ਧਾਰਾ 354 ਮੇਰੇ ਰਿਸ਼ਤੇਦਾਰਾਂ ਵੱਲੋਂ ਹੀ ਲਗਵਾਤੀ ਗਈ ਕਿਉਂਕਿ ਮੈਂ ਉਹਨਾਂ ਕੋ ਕੁਝ ਪੈਸੇ ਲੈਣੇ ਸੀ ਸਾਡਾ ਫੈਮਿਲੀ ਡਿਸਪਿਊਟ ਸੀ ਕੋਈ ਏਡੀ ਵੱਡੀ ਗੱਲ ਨਹੀਂ ਸੀ ਲੇਕਿਨ ਪੋਲੀਟੀਸ਼ੀਅਨਸ ਨੇ ਵਿੱਚ ਆ ਕੇ ਉਹਨੂੰ ਇਹੋ ਜਿਹੇ ਰੰਗ ਦੇ ਦਿੱਤਾ ਕਿ ਅੱਜ ਅਸੀਂ ਕੋਟ ਕਚੈਰੀਆਂ ਹੀ ਤਰੀਕੋ ਪੋਲਿਟਿਕਸ ਦਾ ਨਾਮ ਸਰ ਰਜਿੰਦਰ 베ਰੀ ਜੀ ਐਮਐਲਏ ਸਾਹਿਬ ਜੀ ਮੈਂ ਉਹਨਾਂ ਨੂੰ ਪਰਸਨਲੀ ਚਾਰ ਵਾਰੀ ਮਿਲਿਆ ਵੀ ਆ ਸਰ ਰਜਿੰਦਰ 베ਰੀ ਜੀ ਦੇ ਤੁਸੀਂ ਇਸ ਵੇਲੇ ਵੱਡੇ ਇਲਜ਼ਾਮ ਲਾ ਰਹੇ ਹੋ ਕਾਰਨ ਕੀ ਹੈ ਕੀ ਜਿਨ੍ਹਾਂ ਦੇ ਨਾਲ ਤੁਹਾਡਾ ਡਿਸਪਿਊਟ ਚੱਲਦਾ ਹੈ ਉਹਨਾਂ ਦੇ ਨਾਲ ਰਜਿੰਦਰ 베ਰੀ ਦਾ ਕੀ ਨਤ ਹੈ ਸਰ ਉਹ ਉਹਨਾਂ ਦੇ ਪੜੋਸੀ ਹੈ ਰਜਿੰਦਰ 베ਰੀ ਜੀ ਅੱਜ ਵੀ ਆਪਣੇ ਏਰੀਏ ਨਾਲ ਬਹੁਤ ਜੁੜੇ ਹੋਏ ਹੈ ਐਜ਼ ਅ ਕਾਉਂਸਲਰ ਹੀ ਸਮਝ ਲਓ ਤੁਸੀਂ ਮੈਂ ਐਮਐਲਏ ਨਹੀਂ ਕਹਿੰਦਾ ਐਮਐਲਏ ਹੋ ਕੇ ਅਗਰ ਉਹਨਾਂ ਨੇ ਪਰਚਾ ਕਰਵਾਇਆ ਔਰ ਉਹ ਪਰਚਾ ਕੈਨਸਲ ਹੋ ਜਾਏ ਉਸ ਤੋਂ ਬਾਅਦ ਸਾਹਮਣੇ ਵਾਲੀ ਪਾਰਟੀ ਦੇ ਪਰਚਾ ਹੋ ਜਾਏ ਬਹੁਤ ਵੱਡੀ ਗੱਲ ਹੈ ਆਪਾਂ 4 ਵੋਟਾਂ ਲਈ 40000 ਵੋਟਾਂ ਆਪਣੀਆਂ ਖਰਾਬ ਕਰ ਲਈਆਂ ਅੱਜ ਅਵਤਾਰ ਹੈਂਡਰੀ ਜੀ ਜਾਂ ਬਾਵਾ ਹੈਂਡਰੀ ਜੀ ਜਾਂ ਰਿੰਕੂ ਜੀ ਪਰਚਾ ਕਰਵਾਉਣ ਔਰ ਪਰਚਾ ਕੈਨਸਲ ਹੋ ਜਾਏ ਮੈਂ ਨਹੀਂ ਸੁਨਿਆ ਅਜੇ ਤੱਕ ਲੇਕਿਨ ਜੇ ਝੂਠੇ ਪਰਚੇ ਕਰਾਵਾਂਗੇ ਤੇ ਪਰਚੇ ਕੈਨਸਲ ਹੋਣਗੇ ਸਰ ਔਰ ਇਹ ਆਵਾਜ਼ ਮੈਂ ਅੱਜ ਉਠਾਈ ਹੈ ਕੱਲ ਨੂੰ ਹੋਰ ਵੀ ਲੋਕ ਬਹੁਤ ਆਵਾਜ਼ ਉਠਾਨਗੇ ਲੋਕੀ ਦਬ ਜਾਂਦੇ ਐ ਇਹੋ ਜਿਹੇ ਕੇਸਾਂ 'ਚ ਮਾਫੀਆ ਮੰਗ ਲੈਂਦੇ ਐ ਪੈਸੇ ਵੀ ਖਰਚ ਦਿੰਦੇ ਐ ਲੇਕਿਨ ਮੈਂ ਇੱਕ ਫਾਈਟ ਕੀਤੀ ਐ ਔਰ ਮੈਂ ਫਾਈਟ ਜਿੱਤੀ ਐ ਇਹ ਜੰਗ ਜਿੱਤੀ ਐ ਜਿਹਦੇ ਨਾਲ ਇੱਕ ਸਬਕ ਮਿਲਣਾ ਚਾਹੀਦਾ ਇਹਨਾਂ ਨੂੰ ਪੋਲਿਟਿਸ਼ੀਅਨਸ ਨੂੰ ਕਿ ਅਸੀਂ ਗਲਤ ਪਰਚੇ ਨਾ ਕਰਵਾਈਏ ਰਜਿੰਦਰ ਪੇਰੀ ਜੀ ਦਾ ਤੁਸੀਂ ਨਾਮ ਲੈ ਰਹੇ ਹੋ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਕੋਈ ਪ੍ਰੂਫ ਹੈ ਸਰ ਮੈਂ ਪ੍ਰੂਫ ਤੁਹਾਨੂੰ ਇਲੈਕਸ਼ਨਸ ਦੇ ਟਾਈਮ ਤੇ ਦੇਵਾਂਗਾ ਰਜਿੰਦਰ 베ਰੀ ਜੀ ਕਹਿ ਰਹੇ ਹੈ ਕਿ ਇੱਕ ਐਫ ਆਈ ਆਰ ਜਿਹਦੀ ਮੈਂ ਟਵੀਟ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਰ ਚੁੱਕਾ ਵਾਂ ਕਿ ਇੱਕ ਤੇਰੇ ਤੇ ਪਰਚਾ ਕਰਵਾਇਆ ਦੂਜਾ ਪਰਚਾ ਤੇਰਾ ਤਿਆਰ ਹੈ ਔਰ ਕਹਿ ਰਹੇ ਹੈ ਕਿ ਪਰਚਾ ਤੂੰ ਪੁਲਿਸ ਕੋ ਕੈਨਸਲ ਕਰਵਾ ਰਿਹਾ ਹੈ ਹੇ ਕੋਰਟ ਚੋ ਕੈਨਸਲ ਨਹੀਂ ਹੋਇਆ ਮੈਨੂੰ ਇਤੋਂ ਤੱਕ ਉਹ ਕਹਿ ਰਹੇ ਹੈ ਪਰਸਨਲੀ ਔਰ ਉਹਦੇ ਆਈ ਵਿਟਨੈਸ ਮੇਰੇ ਕੋਲ ਹੈ ਤੁਸੀਂ ਐਵੀਡੈਂਸ ਸਾਨੂੰ ਪ੍ਰੋਵਾਈਡ ਕਰ ਸਕਦੇ ਹੋ ਬਿਲਕੁਲ ਪ੍ਰੋਵਾਈਡ ਕਰਾਵਾਂਗਾ ਸਰ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗਾ ਕਿਉਂਕਿ ਮੈਟਰ ਕੋਰਟ 'ਚ ਆਜੇ ਮੈਂ ਤੁਹਾਨੂੰ ਹਰ ਚੀਜ਼ ਪ੍ਰੋਵਾਈਡ ਕਰਾਵਾਂਗਾ ਮੈਂ ਲਾਸਟ ਪੀਸੀ 'ਚ ਵੀ ਤੁਹਾਨੂੰ ਦੱਸਿਆ ਸੀਗਾ ਔਰ ਮੈਂ ਚਾਰ ਵਾਰੀ ਬੀਰੀ ਸਾਹਿਬ ਨੂੰ ਮਿਲਿਆ ਅਲੱਗ-ਅਲੱਗ ਬੰਦਿਆਂ ਨਾਲ ਮਿਲਿਆ ਸ਼ਹਿਰ ਦੇ ਮੋਦਵਾਰ ਬੰਦਿਆਂ ਨਾਲ ਮਿਲਿਆ ਸਭ ਨੇ ਕਿਹਾ ਕਿ ਇਸ ਇਸ਼ੂ 'ਚੋਂ ਤੁਸੀਂ ਜਾਂ ਤਾਂ ਬਾਹਰ ਨਿਕਲ ਜਾਓ ਜਾਂ ਇਹਨਾਂ ਦਾ ਆਪਸ 'ਚ ਬਿਠਾ ਕੇ ਨਿਪਟਾ ਦਿਓ ਲੇਕਿਨ ਉਹ ਇਸ ਗੱਲ ਨੂੰ ਨਹੀਂ ਸਮਝੇ ਸਰ ਮਸਲਾ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲੇ ਜਿਹੜੇ ਪੀੜਿਤ ਤੋਂ ਨਹੀਂ ਹੋ ਹੋਰ ਵੀ ਬਹੁਤ ਸਾਰੇ ਅਕਸਰ ਕਿਹਾ ਜਾਂਦਾ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪੋਲੀਟੀਕਲ ਇੱਕ ਪੋਲੀਟੀਕਲ ਲੋਕਾਂ ਦੀ ਕਟਪੁਤਲੀ ਬਣ ਚੁੱਕਾ ਹੈ ਬਿਲਕੁਲ ਇਸ ਤਰ੍ਹਾਂ ਹੀ ਹੈ ਸਰ ਪਿਛਲੇ ਸਵਾ ਸਾਲ ਤੋਂ ਮੈਂ ਕਮਿਸ਼ਨਰ ਰੇਟ ਜਲੰਧਰ ਵਿੱਚ ਲਗਾਤਾਰ ਡੇਲੀ ਬਿਨਾ ਨਾਗਾ ਹਾਜ਼ਰੀ ਭਰ ਰਿਹਾ ਤੁਸੀਂ ਰਜਿਸਟਰ ਚੈੱਕ ਕਰ ਸਕਦੇ ਹੋ ਮੈਂ 2002 ਕਿਲੋਮੀਟਰ ਦੂਰ ਬੈਠਾ ਮੇਰੇ ਤੇ ਆਈਪੀਸੀ 354 ਧਾਰਾ ਲੱਗ ਜਾਂਦੀ ਹੈ ਕੁਝ ਲੋਗ ਇਹੋ ਜਿਹਾ ਹੈ ਕਿ ਜਿਨ੍ਹਾਂ ਦੇ ਨਾਲ ਕੋਈ ਇਦਾਂ ਦੀਆਂ ਘਟਨਾਵਾਂ ਘਟੀਆਂ ਵੈ ਉਸ ਲੇਕਿਨ ਉਹਨਾਂ ਨੂੰ ਇਨਸਾਫ ਨਹੀਂ ਲੜਕੀਆਂ ਨੂੰ ਮਿਲ ਰਿਹਾ ਜਿਨ੍ਹਾਂ ਨਾਲ ਇਹ ਕੰਮ ਹੋਇਆ ਮੈਂ ਨਹੀਂ ਕਹਿੰਦਾ ਕਿ ਲੜਕੀਆਂ ਗਲਤ ਹੈ ਲੜਕੇ ਵੀ ਗਲਤ ਹੈ ਲੇਕਿਨ ਇਹ ਵੈ ਕਿ ਜਿਹੜੇ ਬੰਦੇ ਨਾਲ ਕੰਮ ਹੋਇਆ ਲੜਕੀ ਨਾਲ ਉਹਨੂੰ ਆਪਾਂ ਇਨਸਾਫ ਨਹੀਂ ਦਿੰਦੇ ਜਿਹੜੀ ਲੜਕੀ ਗਲਤ ਕਹਿ ਰਹੀ ਹੈ ਆਪਾਂ ਗਲਤ ਬੰਦੇ ਨੂੰ ਫਸਾਣ ਲਈ ਆਪਾਂ ਖੜੇ ਆਂ ਚ ਵੀ ਉਥੇ ਬਹੁਤ ਪਰੇਸ਼ਾਨ ਲੋਗ ਆਂਦੇ ਆ ਡੇਲੀ ਕਮਿਸ਼ਨਰ ਰੇਟ ਚ ਕਿਉਂਕਿ ਕੋਈ ਕਿਸੇ ਦਾ ਸਤਾਇਆ ਕੋਈ ਕਿਸੇ ਦਾ ਸਤਾਇਆ ਪੋਲਿਟਿਸ਼ੀਅਨਸ ਹਰ ਕੰਮ ਚ ਇੰਟਰਫੇਅਰ ਬਹੁਤ ਜ਼ਿਆਦਾ ਕਰ ਰਹੀ ਹੈ ਪਹਿਲੇ ਇਦਾਂ ਨਹੀਂ ਸੀ ਲੇਕਿਨ ਅੱਜ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਮਿਸ਼ਨਰ ਸਾਹਿਬ ਨਾਲ ਤੁਹਾਡੀ ਗੱਲ ਕਦੋਂ ਹੋਈ ਸੀ ਔਰ ਉਹਨਾਂ ਨੇ ਕੀ ਕਿਹਾ ਇਸ ਮਸਲੇ ਸਰ ਮੈਨੂੰ ਅੱਜ ਤੋਂ 15 ਦਿਨ ਪਹਿਲੇ ਮਿਲੇ ਸੀ ਉਹ ਜਦੋਂ ਮਿਲਦੇ ਐ ਕਹਿੰਦੇ ਜੀ ਡੀਸੀਪੀ ਸਾਹਿਬ ਦੀ ਡਿਊਟੀ ਲਗਾਤੀ ਹੈ ਡੀਸੀਪੀ ਸਾਹਿਬ ਕਹਿ ਰਹੇ ਐ ਯਾਰ ਸੰਦੀਪ ਮੈਂ ਤੇਰਾ ਕੰਮ ਕਰ ਦਿਆਂਗਾ ਲੇਕਿਨ ਮੈਨੂੰ ਲਾਰਾ ਲੱਪਾ ਲਗਾ ਕੇ ਡੀਸੀਪੀ ਸਾਹਿਬ ਬਹੁਤ ਅੱਛੇ ਬੰਦੇ ਐ ਚਾਹ ਕਾਫੀ ਵੀ ਲੇਕਿਨ ਪ੍ਰੋਗਰੈਸ ਨਹੀਂ ਲੈ ਸਰ ਚੰਗਾ ਬੰਦਾ ਸਰ ਦੇਖੋ ਇੱਕ ਜਿਹੜਾ ਪਬਲਿਕ ਸਰਵੈਂਟ ਹੈ ਚੰਗਾ ਬੰਦਾ ਕਿਸ ਨੂੰ ਕਹਿੰਦੇ ਚੰਗਾ ਬੰਦਾ ਤਾਂ ਉਹ ਹੈ ਕਿ ਜਿਹੜਾ ਕਿਸੇ ਦੀ ਮੁਸੀਬਤ ਦਾ ਹੱਲ ਕਰੇ ਜੇਕਰ ਝੂਠਾ ਫਸਾਇਆ ਜਾ ਰਿਹਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਝੂਠਾ ਫਸਾਇਆ ਜਾ ਰਿਹਾ ਦੂਸਰੇ ਪਾਸੇ ਤੁਸੀਂ ਇਹ ਕਹਿ ਰਹੇ ਹੋ ਚੰਗਾ ਬੰਦਾ ਚੰਗਾ ਬੰਦਾ ਕਿਸ ਤਰ੍ਹਾਂ ਹੋਵੇ ਚੰਗਾ ਬੰਦਾ ਇਸ ਤਰ੍ਹਾਂ ਕਹਿ ਰਿਹਾ ਸਰ ਐਜ਼ ਅ ਮੈਨ ਬਹੁਤ ਵਧੀਆ ਬੰਦੇ ਨੇ ਲੇਕਿਨ ਉਹ ਫਸੇ ਹੋਏ ਨੇ ਉਹ ਸਰ ਬੱਜੇ ਹੋਏ ਨੇ ਇਸ ਤਰ੍ਹਾਂ ਪੋਲਿਟਿਸ਼ੀਅਨਸ ਹੈ ਸਰ ਬੇਰੀ ਜੀ ਦਾ ਪ੍ਰੈਸ਼ਰ ਹੈ ਉਹਨਾਂ ਨੂੰ ਬਿਲਕੁਲ ਪ੍ਰੈਸ਼ਰ ਹੈ ਸਰ ਉਹਨਾਂ ਨੇ ਆਪਣੀ ਕੁਰਸੀ ਬਚਾਣੀ ਹੈ ਸਰ ਮੇਰਾ ਛੋਟਾ ਜਿਹਾ ਕੀ ਥੋੜਾ ਦੇਖਣਗੇ ਉਹਨਾਂ ਨੇ ਕੁਰਸੀ ਵੀ ਬਚਾਣੀ ਹੈ ਆਪਣੀ ਸਰ ਮੇਨ ਚੱਕਰ ਕੁਰਸੀ ਦਾ ਵੈ ਮੈਂ ਤਾਂ ਇਹ ਕਹਿ ਰਿਹਾ ਸਰ ਕਿ ਇਸ਼ੂ ਸਿਰਫ ਇਹੀ ਹੈ ਕਿ ਪ੍ਰੈਸ਼ਰ ਨਾ ਹੋਵੇ ਤੇ ਅੱਜ ਮਸਲਾ ਮੇਰਾ ਹੱਲ ਹੋ ਜਾਏ ਅੱਧੇ ਘੰਟੇ ਚ ਲੇਕਿਨ ਪ੍ਰੈਸ਼ਰ 'ਚ ਮਸਲਾ ਮੇਰਾ ਹੱਲ ਨਹੀਂ ਹੋ ਰਿਹਾ ਧੋਖਾੜੀ ਸਾਬਤ ਹੋ ਰਹੀ ਹੈ ਲੇਕਿਨ ਪੁਲਿਸ ਮੰਨਣ ਨੂੰ ਤਿਆਰ ਨਹੀਂ ਹੈ ਔਰ ਮੰਗ ਕੀ ਕਰਦੇ ਹੋ ਮੰਗ ਇਹ ਕਹਿ ਰਿਹਾ ਹਾਂ ਸਰ ਕਿ ਜਿਹੜੀਆਂ ਮੇਰੀਆਂ ਦਰਖਾਸਤਾਂ ਪੈਂਡਿੰਗ ਐ ਜਿਹੜੀਆਂ ਮੇਰੀ ਐਪਲੀਕੇਸ਼ਨਸ ਤੇ ਕਾਰਵਾਈ ਹੋ ਚੁੱਕੀ ਐ 2420 ਦੇ ਪਰਚੇ ਉਹਨਾਂ ਨੇ ਬਣਵਾਤੇ ਐ ਐਫ ਆਈ ਆਰ ਜਿਹੜੀਆਂ ਲॉज ਹੋਣ ਲਈ ਤਿਆਰ ਐ ਜਿੱਤੇ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਐ ਲੜਕੀ ਤੇ 182 ਲਗਣੀ ਐ ਚਲੋ ਨਾਮ ਲੜਕੀ ਦਾ ਕੋਰਟ ਚ ਪੈ ਜਾਏਗਾ 319 ਚ ਚਲਾਨ ਪੇਸ਼ ਹੋ ਗਿਆ ਨਾਮ ਪੈ ਜਾਏਗਾ ਉਹਦਾ ਕੋਈ ਦਿੱਕਤ ਨਹੀਂ ਐ ਲੇਕਿਨ ਜਿਹੜਾ ਇਨਸਾਬ ਮਿਲਣਾ ਚਾਹੀਦਾ ਸਰ ਹੁਣ ਲੜਕੀ ਮੇਰੇ ਤੇ ਇਲਜ਼ਾਮ ਲਗਾ ਰਹੀ ਐ ਉਹਨੂੰ ਪੁਲਿਸ ਬਾਹਰ ਕੱਢ ਰਹੀ ਐ ਸਰ ਜਿਹੜੀ ਮੇਰੇ ਤੇ ਇਲਜ਼ਾਮ ਲਗਾ ਰਹੀ ਹੈ ਉਹਦੇ ਤੇ ਧੋਖਾਧੜੀ ਦਾ ਮਾਮਲਾ ਨਾ ਦਰਜ ਕਰਦੇ ਹੋਏ ਉਹਦੇ ਪੇਰੈਂਟਸ ਤੇ ਮਾਮਲਾ ਦਰਜ ਕਰਤਾ ਉਹ 30 ਸਾਲ ਦੀ ਉਹਦੀ ਉਮਰ ਹੈ ਸਰ ਉਹਨੂੰ ਆਪਾਂ ਕਿਉਂ ਬਾਹਰ ਕੱਢ ਰਹੇ ਆ ਉਹ ਇਲਜ਼ਾਮ ਮੇਰੇ ਤੇ ਉਹ ਲਗਾ ਰਹੀ ਹੈ ਲੇਕਿਨ ਉਹਨੂੰ ਬਾਹਰ ਕੱਢ ਕੇ ਆਪਾਂ ਉਹਦੇ ਪੇਰੈਂਟਸ ਨੂੰ ਫਸਾ ਰਹੇ ਆ ਸਰ ਜੀ ਅਗਰ ਅਸੀਂ ਰਜਿੰਦਰ 베ਰੀ ਜੀ ਦੇ ਨਾਲ ਇਸ ਮਸਲੇ ਤੇ ਗੱਲ ਕਰਦੇ ਆ ਤਾਂ ਅਕਸਰ ਪੋਲੀਟਿਕਲ ਲੋਕਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਦੂਸਰੇ ਵਿਰੋਧੀਆਂ ਦੀ ਚਾਲਬਾਜ਼ੀ ਦਾ ਸ਼ਿਕਾਰ ਹੋ ਗਏ ਨੇ ਇਸ ਕਰਕੇ ਮਸਲਾ ਉਠਾ ਰਹੇ ਨੇ ਤੁਹਾਨੂੰ ਕਿਸੇ ਚੀਜ਼ ਦਾ ਪ੍ਰੈਸ਼ਰ ਹੈ ਕੋਈ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਪਾਰਟੀ ਵੱਲੋਂ ਤੁਸੀਂ ਜਿਹੜਾ ਇਹ ਬਿਆਨਬਾਜ਼ੀ ਕਰ ਰਹੇ ਹੋ ਕੋਈ ਇਦਾਂ ਦਾ ਹੈਗਾ ਸਰ ਮੈਂ ਖੁਦ ਕਾਂਗਰਸੀ ਆ ਸ਼ੁਰੂ ਤੋਂ ਮੈਂ ਕਾਂਗਰਸ ਨਾਲ ਰਿਆ ਮੇਰੇ ਨਾਨਾ ਜੀ ਇੰਦਰਾ ਗਾਂਧੀ ਨਾਲ ਰਹੇ ਆ ਅਸੀਂ ਤੇ ਪਰਿਵਾਰ ਹੀ ਸਾਡਾ ਕਾਂਗਰਸ ਨਾਲ ਰਿਆ ਹੈਨਰੀ ਸਾਹਿਬ ਨਾਲ ਬਹੁਤ ਅੱਛੇ ਰਿਲੇਸ਼ਨ ਹੈ ਮੇਰੇ ਪੜੋਸੀ ਹੈ ਹੈਨਰੀ ਸਾਹਿਬ ਅਫਤਾਰ ਹੈਨਰੀ ਜੀ 바ਵਾ ਹੈਨਰੀ ਜੀ ਮੇਰੇ ਪੜੋਸੀ ਹੈ ਸਰ ਅਜੇ ਤੱਕ ਕੋਈ ਐਹੋ ਜੀ ਗੱਲ ਨਹੀਂ ਮੈਂ ਤਾਂ ਕਿਸੇ ਨੂੰ ਸਰ ਕਿਉਂਕਿ ਮੇਰਾ ਫੈਮਿਲੀ ਡਿਸਪਿਊਟ ਹੈ ਮੈਂ ਕਿਸੇ ਨੂੰ ਅਪਰੋਚ ਕਰਦਾ ਹੀ ਨਹੀਂ ਮੈਂ ਸਿਰਫ ਹਾਰ ਕੇ ਇੱਕ ਵਾਰੀ ਐਮਪੀ ਸਾਹਿਬ ਕੋ ਜਰੂਰ ਗਿਆ ਕਿ ਐਮਐਲਏ ਸਾਹਿਬ ਦੇ ਉੱਪਰ ਜਿਹੜਾ ਇੱਕ ਉੱਪਰ ਬੰਦਾ ਐਮਪੀ ਹੁੰਦਾ ਲੇਕਿਨ ਉੱਥੇ ਐਮਪੀ ਦੀ ਵੀ ਜਦੋਂ ਸੁਣਵਾਈ ਨਹੀਂ ਹੋਈ ਮੈਨੂੰ ਸੀਪੀ ਸਾਹਿਬ ਨਹੀਂ ਮਿਲੇ ਮਨਾ ਕਰਤਾ ਉਹਨਾਂ ਦੇ ਲੀਡਰ ਸਾਹਿਬ ਨੇ ਕਿ ਨਹੀਂ ਮਿਲਣਾ ਸੀਪੀ ਸਾਹਿਬ ਨੇ ਤੇ ਮੈਂ ਉੱਥੋਂ ਹਿਸਾਬ ਲਗਾ ਲਿਆ ਕਿ ਇਹ ਆਫਿਸ ਦਾ ਕੋਈ ਹੱਲ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਫਿਰ ਇਹ ਅਜ ਹਾਰ ਕੇ ਪੀਸੀ ਕਰ ਰਿਹਾ ਹਾਂ ਅੱਜ ਵੀ ਮੈਂ ਸੀਪੀ ਆਫਿਸ ਹੋ ਕੇ ਆਇਆ ਮੇਰੀ ਹਾਜ਼ਰੀ ਲੱਗੀ ਹੋਈ ਹੈ ਉੱਥੇ ਮੈਂ ਤੁਹਾਡੇ ਕੋਲ ਅੱਜ ਹਾਜ਼ਰਾਂ ਕਿਉਂਕਿ ਸੀਪੀ ਸਾਹਿਬ ਦੀ ਅੱਜ ਵੀ ਸੀ ਚੱਲ ਰਹੀ ਸੀ ਡੀਜੀਪੀ ਸਾਹਿਬ ਨਾਲ ਤੇ ਮੈਂ ਅੱਜ ਹੋ ਕੇ ਆਇਆ ਵਾਂ ਅੱਜ ਵੀ ਮੈਨੂੰ ਨਹੀਂ ਮਿਲੇ ਮੈਂ ਅੱਜ ਵੀ ਉੱਥੇ ਹਾਜ਼ਰੀ ਲਗਾ ਕੇ ਆਇਆ ਤੁਸੀਂ ਹਾਜ਼ਰੀ ਰਜਿਸਟਰ ਚੈੱਕ ਕਰ ਸਕਦੇ ਹੋ ਆਫੀਸਰ ਹੋ ਸਕਦਾ ਕਿਸੇ ਦਿਨ ਨਾ ਆਏ ਹੋਣ ਸੰਦੀਪ ਆਨੰਦ ਨਾ ਆਇਆ ਹੋਵੇ ਐਦਾਂ ਦਾ ਕੋਈ ਟਾਈਮ ਨਹੀਂ ਹੈ ਜੀ ਬਾਬਾ ਸ਼ੁਕਰੀਆ ਜੀ ਤੁਸੀਂ ਗੱਲ ਥੈਂਕ ਯੂ ਸਰ ਔਰ ਲਗਾਤਾਰ ਦਰਸ਼ਕੋ ਕੋਈ ਪਹਿਲੀਆਂ ਤਸਵੀਰਾਂ ਨਹੀਂ ਆ ਪੰਜਾਬ ਦੀਆਂ ਬਹੁਤ ਸਾਰੇ ਪਹਿਲਾਂ ਵੀ ਬਹੁਤ ਸਾਰੇ ਕੇਸ ਇਦਾਂ ਦੇ ਆਉਂਦੇ ਰਹਿੰਦੇ ਨੇ ਕਿ ਪੋਲੀਟੀਕਲ ਲੋਕਾਂ ਦੀਆਂ ਜਿਹੜਾ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਕੱਟ ਪੁੱਤਲੀ ਬਣ ਚੁੱਕਾ ਹੈ ਜਦ ਤੱਕ ਤੁਸੀਂ ਆਮ ਦੇਖਿਆ ਹੋਵੇਗਾ ਕਿ ਪੁਲਿਸ ਸਟੇਸ਼ਨਾਂ ਦੇ ਉੱਪਰ ਜੇਕਰ ਕੋਈ ਕਾਰਵਾਈ ਹੋਣੀ ਹੁੰਦੀ ਹੈ ਤਾਂ ਇੱਕ ਵਿਧਾਇਕ ਕੈਮਲੇ ਜਦੋਂ ਕਾਲ ਕਰੇਗਾ ਤਾਂ ਦੀ ਕਾਰਵਾਈ ਨੇਪੜੇ ਚੜਦੀ ਹੈ ਆਦਰਵਾਇਸ ਜਿਹੜੀ ਕੋਈ ਕਾਰਵਾਈ ਨੇਪੜੇ ਨਹੀਂ ਚਲਦੀ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਇਸ ਸ਼ਖਸ ਨੇ ਅਰਜਿੰਦਰ 베ਰੀ ਜਿਹੜੇ ਵਿਧਾਇਕ ਨੇ ਜਲੰਧਰ ਤੋਂ ਉਹਨਾਂ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਹੁਣ ਮਸਲਾ ਇਹ ਹੈ ਕਿ ਕਦੋਂ ਤੱਕ ਸਾਡਾ ਸਿਸਟਮ ਦੇ ਵਿੱਚ ਸੁਧਾਰ ਹੋਵੇਗਾ ਕਦੋਂ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਆਵਾਂਗੇ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਅਸੀਂ ਆਪਸ ਦੇ ਵਿੱਚ ਸੁਲਝਾ ਸਕੀਏ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਆਪਣਾ ਜਿਹੜਾ ਸਹੀ ਤਰੀਕੇ ਦੇ ਨਾਲ ਕੰਮ ਕਰ ਸਕੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਪ੍ਰੈਸ਼ਰ ਹੇਠੇ ਰਹਿਣ ਦੀ ਬਜਾਏ ਆਪਣਾ ਸਹੀ ਕੰਮ ਕਰੇ ਤਾਂ ਜੋ ਇਦਾਂ ਦੇ ਜਿਹੜੇ ਪੀੜਿਤ ਲੋਕ ਨੇ ਉਹਨਾਂ ਨੂੰ ਸਾਹਮਣੇ ਆ ਕੇ ਲੋਕਾਂ ਸਾਹਮਣੇ ਜਾਗਰੂਤ ਜਾਗਰੂਕ ਹੋ ਕੇ ਲੋਕਾਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਮ ਨਾ ਲੈਣੇ ਪੈਣ ਕਮਰਾ ਪਰਸਨ ਪਵਨ ਦੇ ਨਾਲ ਮੈਂ ਮੰਚਨ ਡੈਨਿਕਸ ਵਿਰਾਟੀ ਟੀਵੀ जलंधर ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8374949647 8374949648